ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਵਧਣ ਦੀ ਰਿਪੋਰਟਾਂ ਦਰਮਿਆਨ ਕੈਨੇਡਾ ਵਿੱਚ 3.8 ਲੱਖ ਨਵੇਂ ਪਰਮਾਨੈਂਟ ਰੈਜ਼ਿਡੈਂਸ ਦਾ ਸਵਾਗਤ ਕੀਤਾ ਜਾ ਚੁੱਕਾ ਹੈ ਅਤੇ ਸਿਟੀਜ਼ਨਸ਼ਿਪ ਹਾਸਲ ਕਰਨ ਵਾਲਿਆਂ ਦੀ ਗਿਣਤੀ ਤਕਰੀਬਨ 2 ਲੱਖ ਤੱਕ ਦੱਸੀ ਜਾ ਰਹੀ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੀ ਵੈੱਬਸਾਈਟ ਮੁਤਾਬਕ ਮੌਜੂਦਾ ਬਾਰੇ ਦੌਰਾਨ ਸਟੱਡੀ ਵੀਜ਼ਾ ਦੀਆਂ 6.55 ਲੱਖ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਜਦਕਿ ਵਰਕ ਪਰਮਿਟ ਵਾਲੀਆਂ 974000 ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਗਈ ਜਿਨ੍ਹਾਂ ਵਿੱਚ ਵਰਕ ਪਰਮਿਟ ਦੀ ਮਿਆਦ ਵਧਾਉਣ ਵਾਲੀਆਂ ਅਰਜ਼ੀਆਂ ਵੀ ਸ਼ਾਮਲ ਹਨ ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲੌਗ ਦਾ ਜ਼ਿਕਰ ਕੀਤਾ ਜਾਵੇ ਤਾਂ 30 ਸਤੰਬਰ ਦੇ ਅੰਤ ਤੱਕ 245000 ਅਰਜ਼ੀਆਂ ਵਿਚਾਰ ਅਧੀਨ ਸਨ ਜਿਨ੍ਹਾਂ ਵਿੱਚੋਂ ਤਕਰੀਬਨ 11 ਲੱਖ ਅਰਜ਼ੀਆਂ ਬਾਰੇ ਫੈਸਲਾ ਲੈਣ ਦੀ ਤੈਅ ਸ਼ੁਦਾ ਹੱਦ ਲੰਘ ਚੁੱਕੀ ਸੀ ਕੈਨੇਡਾ ਅਤੇ ਭਾਰਤ ਵੱਲੋਂ ਇੱਕ ਦੂਜੇ ਦੇ ਡਿਪਲੋਮੈਟਸ ਨੂੰ ਕੱਢਣ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਵਧਣ ਦੀ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ 7.6 ਫੀਸਦੀ ਦੇ ਵਾਧੇ ਨਾਲ 10780000 ਪੁੱਜ ਗਿਆ ਅਤੇ ਸਤੰਬਰ ਵਿੱਚ ਵੀ ਇਹ ਅੰਕੜਾ ਕਰੀਬਨ 11 ਲੱਖ ਦੱਸਿਆ ਗਿਆ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਓਨਾ ਅਰਜ਼ੀਆਂ ਨੂੰ ਬੈਕਲੌਗ ਵਿੱਚ ਮੰਨਿਆ ਜਾਂਦਾ ਜਿਨ੍ਹਾਂ ਦੀ ਪ੍ਰੋਸੈਸਿੰਗ ਤੈਅ ਸਮਾਂ ਦੇ ਅੰਦਰ ਨਹੀਂ ਕੀਤੀ ਜਾਂਦੀ ਇਮੀਗ੍ਰੇਸ਼ਨ ਵਿਭਾਗ ਮੁਤਾਬਕ 80% ਦੀ ਐਪਲੀਕੇਸ਼ਨਸ ਦੀ ਪ੍ਰੋਸੈਸਿੰਗ ਤੈਅ ਸਮਾਂ ਹੱਦ ਦੇ ਅੰਦਰ ਕੀਤੀ ਜਾ ਰਹੀ ਹੈ ਅਤੇ ਬਾਕੀ 20% ਦੀਆਂ ਅਰਜ਼ੀਆਂ ਨੂੰ ਗੁੰਝਲਦਾਰ ਮੰਨਦਿਆਂ ਵਾਧੂ ਸਮੇਂ ਦੀ ਜ਼ਰੂਰਤ ਪੈ ਰਹੀ ਹੈ आरजी वीजा ਲਈ ਮੌਜੂਦ ਵਰੇ ਦੌਰਾਨ ਪੂਜੀਆਂ 14 ਲੱਖ ਤੋਂ ਵੱਧ ਅਰਜ਼ੀਆਂ ਵਿੱਚੋਂ 6,58,000 ਦੇ ਸਮਾਂ ਰਹਿੰਦੇ ਨਿਪਟਾਰਾ ਕਰ ਦਿੱਤਾ ਗਿਆ ਜਦਕਿ ਪਰਮਾਨੈਂਟ ਰੈਜ਼ੀਡੈਂਸ ਦੀ 8,11,000 ਅਰਜ਼ੀਆਂ ਵਿੱਚੋਂ 5,10,000 ਦਾ ਤੈਅ ਸ਼ੂਦਾ ਸਮਾਂ ਅੰਦਰ ਨਿਪਟਾਰਾ ਕੀਤਾ ਗਿਆ ਇਸੇ ਤਰ੍ਹਾਂ ਕੈਨੇਡੀਅਨ ਸਿਟੀਜ਼ਨਸ਼ਿਪ ਲਈ ਆਈਆਂ 2,23,000 ਅਰਜ਼ੀਆਂ ਵਿੱਚੋਂ 1,85,000 ਦੇ ਪ੍ਰੋਸੈਸਿੰਗ ਸਮੇਂ ਸਿਰ ਸੰਭਵ ਬਣਾਈ ਜਾ ਸਕੀ ਵਕ-ਵਕ ਰਿਪੋਰਟਾਂ ਮੁਤਾਬਕ ਐਕਸਪ੍ਰੈਸ ਐਂਟਰੀ ਨਾਲ ਸੰਬੰਧਿਤ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਵਿੱਚ ਅਰਜੀਆਂ ਦਾ ਬੈਕਲੌਗ 22% ਦੀ ਦੱਸਿਆ ਜਾ ਰਿਹਾ ਹੈ ਜਦਕਿ ਸਪਾਊਸ ਵੀਜ਼ਾ ਦੇ ਮਾਮਲੇ ਵਿੱਚ ਸਭ ਤੋਂ ਘੱਟ 14% ਦੀ ਬੈਕਲੌਗ ਦੱਸਿਆ ਜਾ ਰਿਹਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਪਿਛਲੇ ਦਿਨੀ ਵਿਜ਼ਟਰ ਵੀਜ਼ਾ ਅਧੀਨ ਮਲਟੀਪਲ ਐਂਟਰੀ ਵਾਲਾ ਰਾਹ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਅਤੇ ਹੁਣ ਜ਼ਿਆਦਾਤਰ ਵਿਜ਼ਟਰ ਵੀਜ਼ਾ ਸਿੰਗਲ ਐਂਟਰੀ ਵਾਲੇ ਹੀ ਜਾਰੀ ਕੀਤੇ ਜਾਣਗੇ ਦੂਜੇ ਪਾਸੇ ਸਟੱਡੀ ਵੀਜ਼ਾ ਦਾ ਫਾਸਟ ਟਰੈਕ ਪ੍ਰੋਗਰਾਮ ਸਟੂਡੈਂਟ ਡਾਇਰੈਕਟ ਸਟ੍ਰੀਮ ਵੀ ਬੰਦ ਕੀਤਾ ਜਿਸ ਦਾ ਸਿੱਧਾ ਅਸਰ ਭਾਰਤੀ ਵਿਦਿਆਰਥੀਆਂ ਤੇ ਪਵੇਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਵੱਸਦੇ ਸਿੱਖਾਂ ਨੂੰ ਸਰਕਾਰ ਨੇ ਵੱਡਾ ਤੋਹਫ਼ਾ ਦਿੱਤਾ ਹੈ। ਸਿੱਖ ਭਾਈਚਾਰੇ ਦੇ ਯੋਗਦਾਨ ਅਤੇ ਕਦਰਾਂ-ਕੀਮਤਾਂ ਦਾ ਸਨਮਾਨ ਕਰਦੇ ਹੋਏ ਆਸਟ੍ਰੇਲੀਆ ਸਰਕਾਰ ਨੇ ਅਧਿਕਾਰਤ ਤੌਰ ਤੇ ਬਰਵਿਕ ਝੀਲ ਦਾ ਨਾਮ ਬਦਲ ਕੇ ਸਿੱਖ ਧਰਮ ਦੇ ਪਹਿਲੇ ਗੁਰੂ ਅਤੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਰੱਖਿਆ ਹੈ। ਇਹ ਝੀਲ ਮੈਲਬੌਰਨ ਦੇ ਦੱਖਣ ਪੂਰਬ ਵਿੱਚ ਸਥਿਤ ਇਲਾਕੇ ਬੈਰਵਿਕ ਵਿੱਚ ਸਥਿਤ ਹੈ ਅਤੇ ਇਹ ਝੀਲ ਕੁਦਰਤੀ ਰੰਗਾਂ ਨਾਲ ਭਰਪੂਰ ਹੈ। ਇਸ ਸਬੰਧੀ ਇੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਵਿੱਚ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਇੰਗ੍ਰਿਟ ਸਟੇਟ ਨੇ ਕਿਹਾ ਕਿ ਮੈਨੂੰ ਵਿਕਟੋਰੀਆ ਵਿੱਚ ਸਾਡੇ ਸਿੱਖ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ ਅਤੇ ਇਹ ਇੱਕ ਇਤਿਹਾਸਿਕ ਸਥਾਨ ਦਾ ਨਾਮ ਬਦਲ ਕੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਰੱਖਿਆ ਗਿਆ ਇਸ ਮੌਕੇ ਵਿਕਟੋਰੀਆ ਦੀ ਯੋਜਨਾ ਮੰਤਰੀ ਸੋਨੀਆ ਕਿਲਕੇਂਦੀ ਨੇ ਕਿਹਾ ਕਿ ਇਹ ਨਾਮ ਬਦਲਣਾ ਇੱਕ ਹੋਰ ਤਰੀਕਾ ਹੈ ਜਿਸ ਨਾਲ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਵਿਕਟੋਰੀਆ ਦੇ ਸਥਾਨਾਂ ਦੇ ਨਾਮ ਸਾਡੇ ਰਾਜ ਦੀ ਅਮੀਰ văn ਸਵੰਤਾ ਅਤੇ ਇਤਿਹਾਸ ਨੂੰ ਬਿਹਤਰ ਢੰਗ ਨਾਲ ਦਰਸਾਉਂਦੇ ਨੇ ਅਤੇ ਜਸ਼ਨ ਮਨਾਉਂਦੇ ਨੇ ਵਿਕਟੋਰੀਆ ਦੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਇੰਗ੍ਰੀਡ ਸਟੇਟ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵਿਕਟੋਰੀਆ ਵਿੱਚ ਲੰਗਰਾਂ ਦੇ ਸਮਾਗਮ ਦੇ ਆਯੋਜਨ ਦੀ ਸਹਾਇਤਾ ਲਈ 6 ਲੱਖ ਡਾਲਰ ਦੀ ਗ੍ਰਾਂਟ ਵੀ ਪ੍ਰਦਾਨ ਕਰੇਗੀ ਸਿੱਖ ਭਾਈਚਾਰਾ ਵਿਕਟੋਰੀਆ ਆਸਟ੍ਰੇਲੀਆ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ ਆਸਟ੍ਰੇਲੀਆ ਵਿੱਚ ਸਮੁੱਚੇ ਸਿੱਖ ਭਾਈਚਾਰੇ ਦੀ ਗਿਣਤੀ 210000 ਤੋਂ ਵੱਧ ਹੈ ਜੋ ਕਿ ਪੂਰੇ ਦੇਸ਼ ਦੀ ਆਬਾਦੀ ਦਾ ਲਗਭਗ 0.8% ਹੈ ਸਿੱਖ ਭਾਈਚਾਰੇ ਦਾ ਇੱਕ ਵੱਡਾ ਹਿੱਸਾ ਵਿਕਟੋਰੀਆ ਰਾਜ ਵਿੱਚ ਸਥਿਤ ਹੈ ਜਿੱਥੇ ਉਹਨਾਂ ਨੇ ਕਈ ਗੁਰਦੁਆਰੇ ਸਥਾਪਿਤ ਕੀਤੇ ਅਤੇ ਸਮਾਜ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਨੇ ਸਿੱਖ ਕੌਮ ਨੇ ਵਪਾਰ, ਕਲਾ, ਫੌਜੀ ਅਤੇ ਵੱਖ-ਵੱਖ ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ ਹਾਲ ਹੀ ਵਿੱਚ ਆਇਆ ਇੱਕ ਸਰਵੇ ਮੁਤਾਬਿਕ ਬਹੁਤ ਸਾਰੇ ਕੈਨੇਡੀਅਨ ਆਪਣੇ ਦੇਸ਼ ਦੇ ਇਤਿਹਾਸ ਬਾਰੇ ਬਹੁਤ ਘੱਟ ਜਾਣਦੇ ਨੇ ਇਹ ਅੰਕੜਾ ਹਿਸਟੋਰੀਕਾ ਕੈਨੇਡਾ ਵੱਲੋਂ ਕਰਵਾਏ ਗਏ ਇੱਕ ਸਰਵੇ ਵਿੱਚ ਸਾਹਮਣੇ ਆਇਆ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਸ਼ਾਇਦ ਇਸ ਲਈ ਹੈ ਕਿ ਜ਼ਿਆਦਾਤਰ ਸੂਬਿਆਂ ਵਿੱਚ ਪਰਦੇਸ਼ਾਂ ਵਿੱਚ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਗ੍ਰੈਜੂਏਟ ਹੋਣ ਤੋਂ ਪਹਿਲਾਂ ਕੈਨੇਡੀਅਨ ਇਤਿਹਾਸ ਦੀ ਕਲਾਸ ਲੈਣ ਦੀ ਲੋੜ ਨਹੀਂ ਹੁੰਦੀ ਵਿਓਲਾ ਡੈਸਮੰਡ ਬਾਰੇ ਸਵਾਲਾਂ ਦੇ ਜਵਾਬ ਉੱਪਰ ਮਹਾਰਾ ਨੇ ਹੈਰਾਨੀ ਪ੍ਰਗਟ ਕੀਤੀ ਸਿਵਲ ਰਾਈਟਸ ਆਈਕਨ ਵਿਓਲਾ ਡੈਸਮੰਡ ਜਿਸ ਦੇ ਕਿ ਪਿਛਲੇ ਸਾਲਾਂ ਤੋਂ 10 ਡਾਲਰ ਦੇ ਬਿੱਲ ਤੇ ਫੋਟੋ ਹੈ ਉਸ ਬਾਰੇ 1001 ਕੈਨੇਡੀਅਨ ਵਿੱਚੋਂ ਅੱਧੇ ਤੋਂ ਵੱਧ ਨੂੰ ਜਾਣਕਾਰੀ ਨਹੀਂ ਹੈ ਸਰਵੇਖਣ ਕੀਤੇ ਗਏ ਲੋਕਾਂ ਵਿੱਚ ਲਗਭਗ 56% ਨੇ ਕਿਹਾ ਕਿ ਉਹਨਾਂ ਨੇ ਮਸ਼ਹੂਰ ਲੈ ਕੇ ਕੋ ਲੂਸੀ ਮੌਂਟ ਮਾਉਂਟ ਗੋਮਰੀ ਬਾਰੇ ਕਦੇ ਨਹੀਂ ਸੁਣਿਆ 15% ਨੇ ਮਾਉਂਟ ਗੋਮਰੀ ਦਾ ਨਾਮ ਸੁਣਦੇ ਜਾਣਦੇ ਹੋਣ ਦੀ ਗੱਲ ਆਖੀ ਪਰ ਉਸ ਦੇ ਕੰਮਾਂ ਬਾਰੇ ਅਣਜਾਣਤਾ ਜ਼ਾਹਰ ਕੀਤੀ ਉੱਤਰ ਦੇਣ ਵੇਲੇ ਵਿਅਕਤੀ ਨੇ ਮਸ਼ਹੂਰ ਲੇਖਕ ਅਤੇ ਇਤਿਹਾਸਕਾਰ ਪੀਅਰ ਬਰਟਨ ਅਤੇ ਸਰਜਨ ਨਾਰਮਨ ਬੈਥੂਨ ਬਾਰੇ ਵੀ ਅਣਜਾਣਤਾ ਜ਼ਾਹਰ ਕੀਤੀ 71% ਪੋਲ ਉੱਤਰਦਾਤਾਵਾਂ ਨੇ ਕਿਹਾ ਕਿ ਉਹ ਕੈਨੇਡਾ ਦੀ ਪਹਿਲੀ ਬਲੈਕ ਪ੍ਰਮੁੱਖ ਪਾਰਟੀ ਲੀਡਰਸ਼ਿਪ ਉਮੀਦਵਾਰ ਰੋਜ਼ ਮੇਰੀ ਬ੍ਰਾਊਂਡ ਦੀ ਪਛਾਣ ਨਹੀਂ ਕਰ ਸਕੇ ਸਰਵੇ ਵਿੱਚ ਪੁੱਛੇ ਗਏ 30 ਸਵਾਲਾਂ ਵਿੱਚੋਂ 18% 15 ਜਾਂ ਇਸ ਤੋਂ ਵੱਧ ਸਹੀ ਜਵਾਬ ਦੇਣ ਵਿੱਚ ਅਸਫਲ ਰਹੇ ਹਿਸਟੋਰੀਕਾ ਦੇ ਪ੍ਰਧਾਨ ਸੀਈਓ ਐਂਥਨੀ ਵਿਲਸਨ ਸਮਿਥ ਨੇ ਕਿਹਾ ਕਿ ਸਾਡੇ ਉੱਤਰਦਾਤਾਵਾਂ ਨੇ ਬਹੁਤ ਬੁਰਾ ਪ੍ਰਦਰਸ਼ਨ ਕੀਤਾ ਵਿਲਸਨ ਸਮਿਥ ਨੇ ਕਿਹਾ ਕਿ ਕੈਨੇਡੀਅਨਸ ਨੂੰ ਸਾਡੇ ਮਹਾਨ ਨਾਗਰਿਕ ਅਧਿਕਾਰਾਂ ਤੇ ਪਾਇਨਰਾਂ ਬਾਰੇ ਸੱਚਮੁੱਚ ਪਤਾ ਹੋਣਾ ਚਾਹੀਦਾ ਹੈ ਪਿਛਲੇ ਸਾਲ ਸਰਵੇਖਣ ਵਿੱਚ ਪਾਇਆ ਗਿਆ ਕਿ ਕੈਨੇਡੀਅਨਸ ਆਪਣੇ ਦੇਸ਼ ਦੇ ਯੁੱਧ ਸਮੇਂ ਤਜਰਬਿਆਂ ਨਾਲੋਂ ਅਮਰੀਕੀ ਫੌਜੀ ਇਤਿਹਾਸ ਬਾਰੇ ਵਧੇਰੇ ਜਾਣਦੇ ਨੇ ਸਰਵੇਖਣ ਵਿੱਚ ਭਾਗ ਲੈਣ ਵਾਲੇ ਲਗਭਗ 30% ਵਿਅਕਤੀਆਂ ਨੂੰ ਕੈਨੇਡਾ ਦੇ ਕਨਫੈਡਰੇਸ਼ਨ ਦੁਆਰਾ ਦੇਸ਼ ਬਣਨ ਵਾਲੇ ਸਾਲ ਜੋ ਕਿ 1867 ਹੈ ਉਸ ਬਾਰੇ ਜਾਣਕਾਰੀ ਨਹੀਂ ਸੀ ਲਗਭਗ ਇੰਨੇ ਹੀ ਲੋਕ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਸਰ ਜੋਹਨ ਏ ਮੈਕਡੋਨਲਡ ਨੂੰ ਜਹੀ ਜਾਣਦੇ ਸੀ ਕੁਝ ਜਿਹੇ ਨਤੀਜਿਆਂ ਪਿੱਛੇ ਕੁਝ ਪ੍ਰੋਵਿੰਸਿਸ ਅਤੇ ਪਰਦੇਸ਼ਾਂ ਵਿੱਚ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਕੈਨੇਡੀਅਨ ਇਤਿਹਾਸ ਦਾ ਕੋਰਸ ਲਾਜ਼ਮੀ ਨਾ ਹੋਣਾ ਹੈ ਹਾਲਾਂਕਿ ਸੋਸ਼ਲ ਸਟੱਡੀਜ਼ ਅਤੇ ਗਲੋਬਲ ਸਟੱਡੀਜ਼ ਕੋਰਸ ਨੇ ਜੋ ਕੈਨੇਡੀਅਨ ਅਨੁਭਵ ਦੇ ਪਹਿਲੂਆਂ ਨੂੰ ਕਵਰ ਕਰ ਸਕਦੇ ਨੇ ਕੁਝ ਪ੍ਰੋਵਿੰਸਸ ਜਿਵੇਂ ਅਲਬਰਟਾ ਪੀਆਈ ਨਿਊ ਫੰਡਲੈਂਡ ਅਤੇ ਲੈਬਰਾਡੋਰ ਨੇ ਫੈਸਲਾ ਕੀਤਾ ਹੈ ਕਿ ਵਿਦਿਆਰਥੀ ਲਈ ਹਾਈ ਸਕੂਲ ਗ੍ਰੈਜੂਏਟ ਹੋਣ ਤੋਂ ਪਹਿਲਾਂ ਕੈਨੇਡੀਅਨ ਇਤਿਹਾਸ ਤੇ ਸਪਸ਼ਟ ਤੌਰ ਤੇ ਕੇਂਦ੍ਰਿਤ ਕੋਰਸ ਕਰਨਾ ਜ਼ਰੂਰੀ ਨਹੀਂ ਹੈ ਮੁੱਖ ਤੌਰ ਤੇ ਅੰਗਰੇਜ਼ੀ ਬੋਲਣ ਵਾਲੇ ਸੂਬਿਆਂ ਵਿੱਚ ਕੁਝ ਫ੍ਰੈਂਕੋਫੌਨ ਸਕੂਲ ਸਕੈਂਡਰੀ ਸਕੂਲ ਪੱਧਰ ਤੇ ਕੈਨੇਡੀਅਨ ਇਤਿਹਾਸ ਬਾਰੇ ਲਗਭਗ ਕੁਝ ਨਹੀਂ ਸਿਖਾਉਂਦੇ ਵਿਲਸਨ ਸੁਮਿਥ ਨੇ ਕਿਹਾ ਕਿ ਬਹੁਤ ਸਾਰੇ ਪ੍ਰੋਵਿੰਸ ਕੈਨੇਡੀਅਨ ਇਤਿਹਾਸ ਨੂੰ ਪੜਾਉਣ ਲਈ ਜ਼ਿਆਦਾ ਸਮਾਂ ਨਹੀਂ ਲਗਾਉਂਦੇ ਯੂ ਐਸ ਵਿੱਚ ਅਮਰੀਕੀ ਇਤਿਹਾਸ ਵਿੱਚੋਂ ਪੰਜਾਬ ਵਿੱਚੋਂ 46 ਰਾਜਾਂ ਵਿੱਚ ਹਾਈ ਸਕੂਲ ਦੇ ਵਿਦਿਆਰਥੀ ਲਈ ਇੱਕ ਲਾਜ਼ਮੀ ਕੋਰਸ ਹੈ ਮਾਈਕਲ ਜ਼ਵਾਰਗਾਸਟਾ ਜੋ ਕਿ ਮੈਨੀਟੋਬਾ ਵਿੱਚ ਇਤਿਹਾਸ ਦਾ ਅਧਿਆਪਕ ਹੈ ਉਸ ਦਾ ਕਹਿਣਾ ਹੈ ਕਿ ਕੁਝ ਨਵੇਂ ਕੈਨੇਡੀਅਨ ਗ੍ਰੇਡ 12 ਦੇ ਵਿਦਿਆਰਥੀਆਂ ਨਾਲ ਉਹ ਦੇਸ਼ ਦੇ ਇਤਿਹਾਸ ਬਾਰੇ ਬਧੇਰੇ ਜਾਣ ਕਿਉਂਕਿ ਨਾਗਰੀਕਤਾ ਪ੍ਰਕਿਰਿਆ ਦੇ ਹਿੱਸੇ ਵਜੋਂ ਬਿਨੈਕਾਰਾਂ ਨੂੰ 68 ਪੰਨਿਆਂ ਦੀ ਡਿਸਕਵਰ ਕੈਨੇਡਾ ਗਾਈਡ ਦਾ ਅਧਿਆਨ ਕਰਨ ਅਤੇ ਇੱਕ ਟੈਸਟ ਪਾਸ ਕਰਨ ਦੀ ਲੋੜ ਹੁੰਦੀ ਹੈ। BC ਤੋਂ ਬਾਅਦ ਮੌਂਟਰੀਅਲ ਦੀ ਬੰਦਰਗਾਹ ਤੇ ਵੀ ਕੰਮ ਬੰਦ ਹੋ ਚੁੱਕਾ ਹੈ ਅਤੇ ਇਸ ਦਾ ਕੈਨੇਡਾ ਵਿੱਚ ਸਪਲਾਈ ਚੇਨ ਤੇ ਵੱਡਾ ਅਸਰ ਪੈਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ। ਦੋਵਾਂ ਥਾਮਾਂ ਤੇ ਪ੍ਰਬੰਧਕਾਂ ਅਤੇ ਕੰਮੀਆਂ درمیان ਕੋਈ ਸਰਬਸੰਮਤੀ ਨਹੀਂ ਬਣ ਸਕੀ ਪਰ ਮਸਲਾ ਜਲਦ ਅਸਲਝਾਇਆ ਨਾ ਗਿਆ ਤਾਂ ਕੈਨੇਡੀਅਨ ਅਰਥਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ ਮੀਡੀਆ ਰਿਪੋਰਟਾਂ ਵਿੱਚ ਬੀਸੀ ਵਿੱਚ ਕਿਰਤਿਆਂ ਨਾਲ ਗੱਲਬਾਤ ਸੁਰੇ ਚੜ੍ਹਦੀ ਮਹਿਸੂਸ ਹੋ ਰਹੀ ਹੈ ਅਤੇ ਆਉਣ ਵਾਲੇ 1-2 ਦਿਨਾਂ ਵਿੱਚ ਬੀਸੀ ਦੇ ਬੰਦਰਗਾਹਾਂ ਤੇ ਆਮ ਵਾਂਗ ਕੰਮ ਸ਼ੁਰੂ ਹੋ ਜਾਵੇਗਾ ਇਸੇ ਦੌਰਾਨ ਵੈਸਟਰਨ ਯੂਨੀਵਰਸਿਟੀ ਦੇ ਆਈਵੀ ਬਿਜ਼ਨਸ ਸਕੂਲ ਵਿੱਚ ਆਪਰੇਸ਼ਨ ਮੈਨੇਜਮੈਂਟ ਦੇ ਪ੍ਰੋਫੈਸਰ ਫਰੇਜ਼ਨ ਜੌਨਸਨ ਨੇ ਕਿਹਾ ਹੈ ਕਿ ਕੈਨੇਡੀਅਨ ਕੰਪਨੀਆਂ ਦੀ ਸਿਰਦਰਦੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਕਦੇ ਰੇਲਵੇ ਦੀ ਹੜਤਾਲ ਅਤੇ ਕਦੇ ਬੰਦਰਗਾਹਾਂ ਦੀ ਹੜਤਾਲ ਇਸ ਦਾ ਖਾਮਿਆ ਜਾਂ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਉਨ੍ਹਾਂ ਨੇ ਦੱਸਿਆ ਕਿ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਕੈਨੇਡਾ ਪੁੱਜਣ ਵਾਲੇ ਸਮਾਨ ਵਿੱਚੋਂ 45% ਬੀਸੀ ਦੇ ਬੰਦਰਗਾਹਾਂ ਰਾਹੀਂ ਆਉਂਦਾ ਹੈ ਜਦੋਂ ਕਿ ਮੌਂਟਰੀਅਲ ਦੇ ਬੰਦਰਗਾਹਾਂ ਰਾਹੀਂ 10% ਦੀ ਮਿਕਦਾਰ ਹੀ ਪੁੱਜਦੀ ਹੈ ਪਰ ਦੋਹਾਂ ਨੂੰ ਜੋੜ ਲਿਆ ਜਾਵੇ ਤਾਂ ਵਿਦੇਸ਼ਾਂ ਤੋਂ ਸਮਾਨ ਦੀ ਆਮਦ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਇਕੱਲੀ ਵੈਨਕੂਵਰ ਬੰਦਰਗਾਹ ਰਾਹੀਂ ਰੋਜ਼ਾਨਾ 800 ਮਿਲੀਅਨ ਡਾਲਰ ਦਾ ਸਮਾਨ ਪੁੱਜਦਾ ਹੈ ਜਾਂ ਰਵਾਨਾ ਹੁੰਦਾ ਹੈ ਜਦਕਿ ਮੌਂਟਰੀਅਲ ਦੇ ਵੱਖ-ਵੱਖ ਟਰਮੀਨਲਸ ਨਾਲ ਸਬੰਧਿਤ ਰਕਮ 1 ਅਰਬ ਡਾਲਰ ਤੱਕ ਪਹੁੰਚ ਜਾਂਦੀ ਹੈ ਵਿਦੇਸ਼ਾਂ ਤੱਕ ਸਮਾਨ ਭੇਜਣ ਦੇ ਮਾਮਲੇ ਵਿੱਚ ਵੈਲਕੂਵਰ ਅਤੇ ਮੌਂਟਰੀਅਲ ਵੱਡਾ ਰੋਲ ਅਦਾ ਕਰਦੇ ਨੇ ਕਾਨਫਰੈਂਸ ਬੋਰਡ ਆਫ ਕੈਨੇਡਾ ਦੇ ਚੀਫ ਇਕਨੋਮਿਸਟ ਪੈਡਰੋ ਐਂਟੀਨਿਊਸ ਦਾ ਕਹਿਣਾ ਹੈ ਕਿ ਇਸ ਵਪਾਰ ਸਾਡੇ ਮੁਲਕ ਦੀ ਲਾਈਫਲਾਈਨ ਹੈ ਪਰ ਪਿਛਲੇ ਕੁਝ ਸਮੇਂ ਤੋਂ ਸਾਨੂੰ ਆਪਣੇ ਉਤਪਾਦ ਕੁਮਾਂਤਰੀ ਬਾਜ਼ਾਰ ਤੱਕ ਪਹੁੰਚਾਉਣ ਵਿੱਚ ਦਿੱਕਤਾਂ ਆ ਰਹੀਆਂ ਨੇ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਚਾਰ ਭਾਰਤੀਆਂ ਦੀ ਦਰਦਨਾਕ ਮੌਤ ਦਾ ਸੱਚ ਆਖਰਕਾਰ ਸਾਹਮਣੇ ਆ ਗਿਆ ਟ੍ਰਾਂਟੋ ਦੇ ਲੋਕਸ਼ੋਰ ਬੁਲੇਵਾਰਡ ਈਸਟ ਇਲਾਕੇ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਪਰਤਾਲ ਵਿੱਚ ਸਾਹਮਣੇ ਆਇਆ ਕਿ ਟੈਸਲਾ ਕਰਦਾ ਇਲੈਕਟ੍ਰੋਨਿਕ ਲੋਕ ਟੁੱਟ ਗਿਆ ਅਤੇ ਅੰਦਰ ਫਸੇ 5 ਜਾਨੇ ਬਾਹਰ ਆਉਣ ਲਈ ਤੜਪ ਰਹੇ ਸਨ ਜਿਨ੍ਹਾਂ ਵਿੱਚੋਂ ਇੱਕ ਮੁਟਿਆਰ ਨੂੰ ਕੈਨੇਡਾ ਪੋਸਟ ਦੇ ਮੁਲਾਜ਼ਮ ਲਾਮਿਸਾਨ ਬਹਾਦਰੀ ਦੀ ਮਿਸਾਲ ਪੇਸ਼ ਕਰਦੇ ਬਾਹਰ ਕੱਢ ਲਿਆ ਪਰ ਬਾਕੀ ਐਨੇ ਖੁਸ਼ਕਿਸਮਤ ਨਹੀਂ ਸਨ ਟੈਸਲਾਕਾਰ ਵੱਲੋਂ ਕਾਰਾਂ ਦੇ ਡਿਜ਼ਾਈਨ ਵਿੱਚ ਸੁਰੱਖਿਆਤ ਨੂੰ ਸਭ ਤੋਂ ਵੱਧ ਤਰਜੀਹ ਦਿੱਤੇ ਜਾਣ ਦਾ ਦਾਵਾ ਕੀਤਾ ਜਾਂਦਾ ਹੈ ਤੇ ਟੈਸਲਾ ਗੱਡੀਆਂ ਵਿੱਚੋਂ ਬਾਹਰ ਨਿਕਲਣ ਲਈ ਮੈਨੂਅਲ ਬਟਨ ਵੀ ਲੱਗਾ ਹੁੰਦਾ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਾਰੇ ਜ਼ਿਆਦਾਤਰ ਲੋਕ ਅਣਜਾਣ ਹੁੰਦੇ ਨੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ਹਾਦਸੇ ਮਗਰੋਂ ਕਾਰ ਵਿੱਚ ਸਵਾਰ 5 ਜਣੇ ਐਨੇ ਜ਼ਿਆਦਾ ਡਰ ਗਏ ਕਿ ਬਾਹਰ ਨਿਕਲਣ ਦਾ ਕੋਈ ਤਰੀਕਾ ਹਿੰਦਾ ਸੁਝਿਆ ਮਰਨ ਵਾਲਿਆਂ ਦੇ شناخت 25 ਸਾਲਾਂ ਦੇ ਨਰਲਾਜ ਗੋਇਲ ਅਤੇ ਉਸ ਦੀ 29 ਸਾਲਾ ਭੈਣ ਕਿਤਾਬਾ ਗੋਇਲ ਜੈਦ ਸਿਸੋਦੀਆ ਅਤੇ ਦਿਗਵਿਜੇ ਪਟੇਲ ਵੱਜੋਂ ਕੀਤੀ ਗਈ ਕੈਨੇਡਾ ਪੋਸਟ ਦੇ ਮੁਲਾਜ਼ਮ ਰਿਕ ਹਾਰਪਰ ਨੇ ਦੱਸਿਆ ਕਿ ਅੰਦਰੋਂ ਦਰਵਾਜ਼ਾ ਖੋਲ੍ਹਣਾ ਮੁਸ਼ਕਲ ਸੀ ਪਰ ਜਦੋਂ ਉਸ ਨੂੰ ਅੰਦਰ ਕਿਸੇ ਦੇ ਫਸੇ ਹੋਣ ਬਾਰੇ ਪਤਾ ਲੱਗਾ ਤਾਂ ਅੱਗ ਦੀ ਪ੍ਰਵਾਹ ਨਾ ਕਰਦਿਆਂ ਉਹ ਗੱਡੀ ਕੋਲ ਗਿਆ ਤੇ ਸਭ ਤੋਂ ਪਹਿਲਾਂ ਸ਼ੀਸ਼ਾ ਤੋੜਿਆ ਤੇ ਇਸ ਮਗਰੋਂ ਦਰਵਾਜ਼ਾ ਖੋਲ੍ਹ ਦਿੱਤਾ ਅੱਗ ਕਾਰਨ ਪੈਦਾ ਹੋਇਆ ਧੂਆਂ ਇੰਨਾ ਸੰਘਣਾ ਸੀ ਕਿ ਰਿਕ ਹਾਰਪਰ ਹੋਰ ਕਿਸੇ ਨੂੰ ਨਾ ਦੇਖ ਸਕਿਆ ਅਤੇ ਮੋਟਿਆਰ ਨੂੰ ਬਾਹਰ ਕੱਢ ਲਿਆ ਜੋ ਧੂਏ ਕਾਰਨ ਬਦਹਾਲ ਹੋ ਚੁੱਕੀ ਸੀ ਉਧਰ ਪੁਲਿਸ ਦਾ ਕਹਿਣਾ ਹੈ ਕਿ ਟੈਸਲਾ ਕਾਰ ਦੀ ਰਫਤਾਰ ਬਹੁਤ ਜ਼ਿਆਦਾ ਸੀ ਜਾਂਚ ਕਰਤਾਵਾਂ ਵੱਲੋਂ ਹਾਦਸੇ ਲਈ ਜ਼ਿੰਮੇਵਾਰ ਕਾਰਨਾਂ ਦਾ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਨੇ